ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਆਪਣੇ ਆਪਣੇ ਘਰ ਰਹਿ ਰਹੇ ਹੋ ਅਤੇ ਸੇਫਲੀ ਰਹਿ ਰਹੇ ਹੋ। ਭਾਵੇਂ ਲੋਕਡਾਊਨ ਹੁਣ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ, ਪਰ ਫਿਰ ਵੀ ਅਸੀਂ ਤੁਹਾਨੂੰ ਅਪੀਲ ਕਰਾਂਗੇ ਕਿ ਸਿਰਫ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲੋ। ਇੱਕ ਪਾਸੇ ਜਿੱਥੇ ਨਵੇਂ ਗਾਣੇ ਆਲਮੋਸਟ ਹਰ ਰੋਜ਼ ਰਿਲੀਜ਼ ਹੋ ਰਹੇ ਨੇ, ਉੱਥੇ ਹੀ ਦੂਜੇ ਪਾਸੇ ਪੰਜਾਬੀ ਫਿਲਮਾਂ ਨੂੰ ਲੈ ਕੇ ਵੀ ਨਵੀਂ ਇਨਫੋਰਮੇਸ਼ਨ ਸਾਹਮਣੇ ਆ ਰਹੀਆਂ ਨੇ। ਅਸੀਂ ਤੁਹਾਨੂੰ ਕੁਝ ਟਾਈਮ ਪਹਿਲਾਂ ਇਹ ਦੱਸਿਆ ਸੀ ਕਿ ਪੰਜਾਬੀ ਸਿਨੇਮਾ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਅਤੇ ਪੰਜਾਬੀ ਸਿਨੇਮਾ ਦੀ ਕੁਈਨ ਨੀਰੂ ਬਾਜਵਾ ਇਕੱਠੇ ਫਿਲਮ ਕਰਨ ਜਾ ਰਹੇ ਨੇ, ਅਤੇ ਉਹ ਵੀ ਪੂਰੇ 10 ਸਾਲਾਂ ਬਾਅਦ। ਉਸ ਫਿਲਮ ਦਾ ਨਾਮ ਸੀ ਪਾਣੀ 'ਚ ਮਧਾਣੀ, ਜਿਹਦੀ ਇਸ ਵੇਲੇ ਸ਼ੂਟਿੰਗ ਇੰਗਲੈਂਡ ਦੇ ਵਿੱਚ ਚੱਲ ਰਹੀ ਹੈ। ਇਹ ਤਾਂ ਹੋ ਗਈ ਹੈ ਹੁਣ ਪੁਰਾਣੀ ਖਬਰ, ਅਤੇ ਇਸ ਫਿਲਮ ਤੋਂ ਬਾਅਦ ਇਹਨਾਂ ਦੀ ਇੱਕ ਹੋਰ ਨਵੀਂ ਫਿਲਮ ਫੱਟੇ ਦਿੰਦੇ ਚੱਕ ਪੰਜਾਬੀ ਵੀ ਅਗਲੇ ਸਾਲ ਰਿਲੀਜ਼ ਲਈ ਅਨਾਊਂਸ ਹੋ ਚੁੱਕੀ ਹੈ। ਫਿਲਹਾਲ ਅੱਜ ਪਾਣੀ 'ਚ ਮਧਾਣੀ ਫਿਲਮ ਦਾ ਫਸਟ ਲੁੱਕ ਪੋਸਟਰ ਰਿਵੀਲ ਕੀਤਾ ਗਿਆ ਹੈ। ਇਸ ਪੋਸਟਰ ਨੂੰ ਤੁਸੀਂ ਇਸ ਵੇਲੇ ਆਪਣੇ ਸਕਰੀਨਸ 'ਤੇ ਦੇਖ ਸਕਦੇ ਹੋ। ਪੋਸਟਰਸ ਦੇ ਵਿੱਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਬਹੁਤ ਹੀ ਜ਼ਿਆਦਾ ਡਿਫਰੈਂਟ ਲੁੱਕਸ ਦੇ ਵਿੱਚ ਨਜ਼ਰ ਆਉਣਗੇ। ਇੱਦਾਂ ਦੇ ਲੁੱਕ ਦੇ ਵਿੱਚ ਅਸੀਂ ਗਿੱਪੀ ਨੂੰ ਅਤੇ ਨੀਰੂ ਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ। ਇਹ ਗੱਲ ਤਾਂ ਮੰਨਣੀ ਪਏਗੀ ਕਿ ਇਹ ਲੁੱਕ ਹੈ ਬਹੁਤ ਕਮਾਲ ਦੀ। ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ, ਗੁੱਲੀ ਅਤੇ ਸੋਹਣੀ, ਇਹਦਾ ਮਤਲਬ ਹੈ ਕਿ ਮੇਨ ਲੀਡ ਦੇ ਫਿਲਮ ਦੇ ਵਿੱਚ ਨਾਮ ਗੁੱਲੀ ਅਤੇ ਸੋਹਣੀ ਹੋਣਗੇ। ਇਹਦੇ ਇਲਾਵਾ ਸਾਨੂੰ ਇਹ ਵੀ ਪਤਾ ਚੱਲਿਆ ਹੈ ਕਿ ਇਸ ਫਿਲਮ ਦੀ ਕਹਾਣੀ 2010 ਦੇ ਵਿੱਚ ਲਿਖੀ ਗਈ ਸੀ, ਅਤੇ ਹੁਣ ਲਿਖੇ ਜਾਣ ਤੋਂ 11 ਸਾਲਾਂ ਬਾਅਦ ਇਹ ਫਿਲਮ ਥੀਏਟਰਸ ਦੇ ਵਿੱਚ ਰਿਲੀਜ਼ ਹੋਏਗੀ। ਫਿਲਮ ਨੂੰ ਡਾਇਰੈਕਟ ਕਰਨਗੇ ਨੈਸ਼ਨਲ ਅਵਾਰਡ ਵਿਨਿੰਗ ਫਿਲਮ ਹਰਜੀਤਾ ਅਤੇ ਗੁੱਟੀਆਂ ਪਟੋਲੇ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ, ਅਤੇ ਫਿਲਮ ਨੂੰ ਲਿਖਿਆ ਹੈ ਮਸ਼ਹੂਰ ਰਾਈਟਰ ਨਰੇਸ਼ ਕਥੂਰੀਆ ਨੇ। ਇਸ ਤੋਂ ਪਹਿਲਾਂ ਨਰੇਸ਼ ਕਥੂਰੀਆ ਗਿੱਪੀ ਅਤੇ ਨੀਰੂ ਦੀਆਂ ਬਹੁਤ ਸਾਰੀਆਂ ਫਿਲਮਾਂ ਲਿਖ ਚੁੱਕੇ ਨੇ, ਪਰ ਵਿਜੇ ਕੁਮਾਰ ਅਰੋੜਾ ਨਾਲ ਉਹ ਇਸ ਫਿਲਮ ਰਾਹੀਂ ਪਹਿਲੀ ਵਾਰ ਕੰਮ ਕਰਨਗੇ। ਨੀਰੂ ਫਿਲਮਾਂ ਦੇ ਇਲਾਵਾ ਗਿੱਪੀ ਗਰੇਵਾਲ ਦੇ ਗਾਣੇ ਡਾਂਗ ਅਤੇ ਨੱਚ ਨੱਚ ਦੇ ਵਿੱਚ ਫੀਚਰ ਕਰ ਚੁੱਕੇ ਨੇ। ਇਹਨਾਂ ਦੋਨਾਂ ਦੀ ਕੈਮਿਸਟਰੀ ਨੂੰ ਆਡੀਅੰਸਿਸ ਨੇ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ ਦੇ ਵਿੱਚ ਖੂਬ ਪਸੰਦ ਕੀਤਾ ਸੀ, ਅਤੇ ਉਸ ਫਿਲਮ ਤੋਂ ਬਾਅਦ ਦਰਸ਼ਕਾਂ ਨੂੰ ਬਹੁਤ ਉਮੀਦਾਂ ਸੀ ਕਿ ਉਹਨਾਂ ਆਰਟਿਸਟ ਬਹੁਤ ਜਲਦੀ ਦੁਬਾਰਾ ਨਜ਼ਰ ਆਉਣਗੇ ਕਿਸੇ ਫਿਲਮ ਦੇ ਵਿੱਚ ਜਾਂ ਫਿਰ ਕਿਸੇ ਗਾਣੇ ਦੇ ਵਿੱਚ। ਲੇਕਿਨ ਜੋ ਚੀਜ਼ ਜਦੋਂ ਵੀ ਹੁੰਦੀ ਆ ਸਹੀ ਹੀ ਹੁੰਦੀ ਹੈ। ਹੁਣ ਇਹ ਜੋੜੀ 10 ਸਾਲਾਂ ਬਾਅਦ ਦੁਬਾਰਾ ਵਾਪਸ ਆ ਰਹੀ ਹੈ, ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੋਰ ਹੋ ਹੀ ਨਹੀਂ ਸਕਦੀ ਉਹਨਾਂ ਦੇ ਫੈਨਸ ਦੇ ਲਈ। ਫਿਲਮ ਦੇ ਵਿੱਚ ਸਪੋਰਟਿੰਗ ਰੋਲਸ ਪਲੇ ਕਰਦੇ ਨਜ਼ਰ ਆਉਣਗੇ ਪਾਕਿਸਤਾਨ ਤੋਂ ਇਫਤਿਖਾਰ ਠਾਕੁਰ। ਇਹਨਾਂ ਨੂੰ ਤੁਸੀਂ ਫਿਲਮ ਚੱਲ ਮੇਰਾ ਪੁੱਤ 1 ਅਤੇ ਚੱਲ ਮੇਰਾ ਪੁੱਤ 2 ਦੇ ਵਿੱਚ ਵੇਖ ਚੁੱਕੇ ਹੋ। ਇਹਨਾਂ ਦੇ ਇਲਾਵਾ ਫਿਲਮ ਵਿੱਚ ਰਾਣਾ ਰਣਬੀਰ, ਕਰਮਜੀਤ ਅਨਮੋਲ, ਹਰਬੀ ਸੰਘਾ, ਹਨੀ ਮੱਟੂ ਅਤੇ ਹੋਰ ਵੀ ਬਹੁਤ ਸਾਰੇ ਟੈਲੈਂਟਡ ਆਰਟਿਸਟ ਨਜ਼ਰ ਆਉਣਗੇ। ਫਿਲਮ ਨੂੰ ਪ੍ਰੋਡਿਊਸ ਕਰਨਗੇ ਦਾਰਾ ਫਿਲਮ ਐਂਟਰਟੇਨਮੈਂਟ ਦੇ ਬੈਨਰ ਹੇਠ ਮਨੀ ਧਾਲੀਵਾਲ, ਸਨੀ ਰਾਜ ਅਤੇ ਡਾਕਟਰ ਪ੍ਰਭਜੀਤ ਸਿੰਘ ਸਿੱਧੂ। ਫਿਲਮ ਦੇ ਮਿਊਜ਼ਿਕ ਰਾਈਟਸ ਹੰਬਲ ਮਿਊਜ਼ਿਕ ਆਲਰੇਡੀ ਬਾਏ ਕਰ ਚੁੱਕੇ ਨੇ। ਇਹ ਫਿਲਮ ਅਗਲੇ ਸਾਲ ਵੈਲੰਟਾਈਨਸ ਵੀਕ ਦੇ ਵਿੱਚ 12 ਫਰਵਰੀ 2021 ਨੂੰ ਰਿਲੀਜ਼ ਹੋਏਗੀ। ਫਿਲਹਾਲ ਅਸੀਂ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਇਸ ਫਿਲਮ ਨੂੰ ਦੇਖਣ ਦੇ ਲਈ, ਅਤੇ ਜੇ ਤੁਸੀਂ ਵੀ ਐਕਸਾਈਟਡ ਹੋ ਤਾਂ ਸਾਨੂੰ ਸਾਡੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਿਓ, ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।